لوگوں کو کس طریقے سے جو ہے وہ فونز پہ کالیں کی جاتی ہے اور کس طریقے سے مونچھوں والے بندے بات کرتے ہیں لڑکی من کے میرے ساتھ ایک دوست میرا موجود ہے جو میرے ساتھ موجود ہے بھائی جان بھائی, بھائی، بھاجی مشہور کس طریقے سے بات کرتے ہیں لوگوں سے لوگوں کا جب بھی کال وغیرہ آتی ہے نا مطلب کسی لڑکی نے کسی لڑکے کو کال کی ہے آپ کو بھی پتہ ہے ٹھڑکی زمانہ ہے سارا فیصلہ آواز کا صحیح, صحیح ہے نا جب لڑکیاں بات کرتی ہیں صرف سلام لینے کی دیر ہوتی دی. ہے یقین کریں کال کٹ بھی کرتی ہیں نا تو پانچ چھ نمبر آپ بلاک بھی کر دیں پھر بھی ساتویں نمبر سے کال آئے گی کون بات کریں تھوڑی بات تو کریں انسان کہاں ہے ان کو مینٹین کرنے کے لیے اچانک یہ کہا دیتا اچھا اپنی امی نے گل کرا پھر کی کر دیو تو کوئی مسئلہ نہیں امی نے بھی گل نہ کرا دی وہاں ਇਹ ਤੇ ਰੋਲੈ ਕੋ ਇਨਹੀ ਹੈ ਗਗਲੀਆਂ ਆਪਣੀ ਮਾਂ ਨੂੰ ਫੜਾ ਦੇਣੀ ਆ ਵਾ ਅਗੋ ਤੁਹਾਨੂੰ ਪਤਾ ਮਾਵਾਂ ਵੀ ਕਿਦਾਂ ਦੀਆਂ ਥੀਆਂ ਨਰਲੀਆਂ ਹੁੰਨੀਆਂ ਵਾ ਅੱਛਾ ਥੀਆਂ ਉਹਨਾਂ ਰਲੀਆਂ ਦੀਆਂ ਅੱਛਾ ਐਸੇ ਦੌਰਾਨ ਫੋਨ ਤੇ ਕਹਿੰਦੇ ਆਪਣੇ ਘਰ ਦੀ ਕਿਸੇ ਦਾਦੀ ਦੁੱਦੀ ਨਾਲ ਗੱਲ ਕਰਾ ਤੇ ਫਿਰ ਕਿਵੇਂ ਕਰਾਂਦੇ ਤੇ ਫਿਰ ਦਾਦੀ ਵੀ ਆਪ ਹੀ ਨਾ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਵਾ ਆ ਵੇਖਿਓ ਦਾਦੀ ਆਉਣ ਲੱਗੀ ਅਸਲਾਮੁਅਲੈਕਮ ਕਿੱਦਾਂ ਆਇਆ ਪੁੱਤਰ ਅੱਛਾ ਹਾਂ ਔਰdna ਘਰ ਸਾਰੇ ਠੀਕ ਆ ਹਾਂਜੀ ਦਾਦੀ ਜੀ ਮਾਜੀ ਸਾਰੇ ਠੀਕ ਠਾਕ ਆ ਅਜੇ ਇਸੇ ਦੌਰਾਨ ਅੱਬੇ ਦਾ ਛਾਪਾ ਪੈ ਗਿਆ ਫੋਨ 'ਚ ਤੇ ਕਹਿ ਦੇਣਾ ਹਾਏ ਬੂ ਆ ਗਏ ਬੂ ਆ ਗਏ ਤੇ ਅੱਬੂ ਕਿਵੇਂ ਗੱਲ ਕਰਨਗੇ ਕੋਈ ਗੱਲ ਨਹੀਂ ਅੱਬੂ ਵੀ ਆ ਪਿਆ ਸੀ ਅੱਬੂ ਦਾ ਕਿਹੜਾ ਰੋਲਾ ਵਾ ਉਹ ਅਗਲੇ ਅੱਬੂ ਵੀ ਆ ਪੀ ਹੁੰਦੇ ਆ ਪੈਸੇ ਇਦਾਂ ਹੀ ਦੇਵਾ ਮਖਾਂਦੀ ਆ ਅੱਛਾ ਇੱਕਦਮ ਫੋਨ ਦੇ ਉੱਤੇ ਹੁਣ ਆਪਾਂ ਗੱਲ ਕਰਨੀ ਆ ਫੋਨ ਕੀਤਾ ਮੈਂ ਤੁਹਾਨੂੰ ਹਾਲੋ ਕੀ ਹਾਲ ਆ ਕੁੜੀ ਬਣ ਕੇ ਅੱਲਾਹ ਕਾ ਸ਼ੁਕਰ ਹੈ ਠੀਕ ਠਾਕ ਆ ਆਪ ਬਤਾਇਆ ਆਪ ਕਿਵੇਂ ਆ ਆਪਣੀ ਮਿੰਨਾ ਗੱਲ ਕਰਾ ਮੇਰੀ ਹੈਲੋ ਕੌਣ ਬੋਲ ਰਹਾ ਮੇਰਾ ਪੁੱਤਰ ਕਾ ਤੂੰ ਮੇਰੀ ਤੀਨ ਕਾਲਾਂ ਕਰ ਰਹੀ ਆ ਤੈਨੂੰ ਸਮਝ ਨਹੀਂ ਲੱਗਦੀ ਇੱਥੇ ਕਾਲਾਂ ਨਹੀਂ ਕਰਨੀ ਦੁਬਾਰਾ ਅੱਛਾ ਅੱਛਾ ਮੈਂ ਇਹਦੇ ਦੌਰਾਨ ਹੀ ਮੇਰੀ ਦਾਦੀ ਨਾਲ ਤਾਂ ਗੱਲ ਕਰਾ ਤੇਰੀ ਦਾਦੀ ਸਹੀ ਉਹ ਮੇਰੇ ਚੰਗੀ ਗੱਲ ਕਰ ਲੈਂਦੀ। ਅਸਲਾਮੁਅਲੈਕਮ ਆ ਪੁੱਤ ਮੈਂ ਆਈ ਸਾਡੀ ਦਾਦੀ ਬੋਲਦੀ ਆ ਅੱਛਾ ਇਹ ਸੇ ਦੁਹਾਨੀ ਅੱਬੂ ਜੀ ਉਪਰੋਂ ਆ ਗਏ ਨੇ ਫੋਨ ਤੇ ਗੱਲ ਕਰਦੇ ਕਰਦੇ ਅੱਬੂ ਜੀ ਤਾਂ ਬਹੁਤ ਬੋਲਣਗੇ ਨਹੀਂ ਅਮੀ ਕਹਿੰਦੇ ਨਾ ਲੱਗੀ ਆ ਫੋਨ ਤੇ ਆਇਸ਼ਾ ਨੇ ਤੈਨੂੰ ਫੋਨ ਫੜਾਇਆ ਵਾ ਕੌਣ ਆਇਓ ਫੜਾ ਗੱਲ ਕਰਾ ਮੇਰੀ ਅੱਛਾ ਤੇ ਇਸੇ ਦੌਰਾਨ ਭਾਈ ਸਾਹਿਬ ਆ ਗਏ ਨੇ ਵੀ ਅਸੀਂ ਆ ਪੀ ਆ ਕੀ ਗੱਲ ਹੋਈ ਤੈਨੂੰ ਅੱਛਾ ਟੈਨਸ਼ਨ ਨਹੀਂ ਲਈਦੀ ਹੁੰਦੀ ਕਿਸੇ ਸ਼ਾਇ ਕਿਸੇ ਯਾਰ ਦੀ ਟੈਨਸ਼ਨ ਨਹੀਂ ਲੈਣੀ ਇਹ ਸਾਰਾ ਚੱਕਰ ਹੈ ਯਾਰ ਲੋਕ ਕਿਸੇ ਨੂੰ ਟੁਰ ਗਏ ਨੇ ਦੇਖਦੇ ਵੀ ਦੁੱਖ ਦੇ ਨਹੀਂ ਕੁਛ ਨਹੀਂ ਤੇ ਐਵੇਂ ਟੁਰ ਪੈਂਦੇ ਆਣੂ ਸਿਰਫ ਤੇ ਸਿਰਫ ਜਿਹੜੀ ਵੀ ਨੌਜਵਾਨ نسل ਹੈ ਨਾ ਉਹਨਾਂ ਨੂੰ ਇਹ ਚਾਹੀਦਾ ਵਾ ਕਿ ਉਹਨਾਂ ਦੇ ਘਰ ਵੀ ਧੀਆ ਪਹਿਣਾ ਹੈਗੀਆਂ ਵਾ ਸਹੀ ਹੈ ਨਾ ਤੇ ਲਿਹਾਜ਼ ਔਰਤ ਦੀ ਇੱਜ਼ਤ ਕਰੋ ਤੇ ਫੇਰ ਦੀ ਤੁਹਾਡੀ ਇੱਜ਼ਤ ਕੋਈ ਕਰੇਗਾ ਤੇ ਤੁਹਾਡੀ ਔਰਤਾਂ ਦੀ ਇੱਜ਼ਤ ਕਰੇਗੀ ਆਮ ہاں جی بالکل بڑا اچھا میسج دیا بھائی صاحب نے اور ان کا یہ کہنا ہے کہ میسج میرا صرف یہ ہے کہ دیکھ دیکھ کر جو ہے وہ بات چیت کریں کیونکہ لوگوں کے ساتھ اسی طریقے سے فراڈ ہو رہے ہیں ابا بھی آ جاتے ہیں امی بھی آ جاتی سارے آ جاتے ہیں ادھر بادی بھی آ جاتی ہے ہاں جی حالان اللہ کا شکر ہے ٹھیک ٹھاک ہاں 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 دادی دادی بھی اتنے گیا دادی نے کتنے جانا دادا گیا دادی نے کو جانا دادی بھی ایسے دادا بھی ایسے سن لیا اس کی کر دیں اسی حوالے سے اپنے آپ کو بچانے کے لیے تمام تو لوگوں سے پہلے دماغ کا کام کرے اور دیکھیں کیا ہمارے ساتھ کوئی فراڈ تو نہیں ہو رہا